ਕਿ ਤੂੰ ਇਦਾਂ ਕਰ ਇੰਸਟਾਗ੍ਰਾਮ ਡਿਲੀਟ ਕਰ ਦੇ। ਵਿਆਹ ਦਾ ਕਿਆ ਪਲਾਨ ਆ ਫਿਰ? ਆਪਣੀ ਬਾਈਕ ਸੇਲ ਕਰ ਦੋ। ਤੇਤਮਾ ਸਵਾਲ, ਬਾਈ ਤੁਸੀਂ ਕਿੰਨੇ ਪੈਗ ਲਾ ਲੈਂਦੇ ਹੋ ਸੱਚੀ ਦੱਸਣਾ? ਯੂਟਿਊਬ ਇੰਸਟਾ ਇਨਕਮ ਕਿੰਨੀ ਆ ਤੁਹਾਡੀ? ਸੋ ਘਰੋਂ ਬਾਹਰ ਰਹਿਣਾ ਸੌਖੀ ਗੱਲ ਨਹੀਂ ਹੈਗੀ, ਬਹੁਤ ਔਖਾ ਆ ਬਾਈ। ਜਿੰਨੇ ਵੀ ਰਿਸ਼ਤੇਦਾਰ ਆ ਮੈਨੂੰ ਗਾਲਾਂ ਕੱਢਦੇ ਸੀ ਜੋ ਵੀ ਮੈਂ ਕਰਦਾ ਸੀ। ਹਾਂਜੀ, ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ, ਕੀ ਹਾਲ ਚਾਲ ਹੈ ਜੀ ਸਾਰਿਆਂ ਦਾ? ਉਮੀਦ ਕਰਦਾ ਸਾਰੇ ਵਧੀਆ ਹੋਵੋਗੇ ਅਤੇ ਮੈਂ ਵੀ ਬਿਲਕੁਲ ਬਹੁਤ ਵਧੀਆ ਹਾਂ। ਅਤੇ ਅੱਜ ਜਿਹੜਾ ਅਸੀਂ ਵਲੋਗ ਆ ਉਹ ਤੁਹਾਨੂੰ ਪਤਾ ਹੀ ਹੈ, ਜਿਵੇਂ ਕਿ ਜਿੰਨੇ ਵੀ ਮੇਰੇ ਭਰਾ ਇੰਸਟਾਗ੍ਰਾਮ 'ਤੇ ਐਡ ਆ ਮੇਰੇ ਨਾਲ, ਕੁਸ਼ਚਨ ਐਂਡ ਆਨਸਰ ਦਾ ਸੀਗਾ ਵਲੋਗ, ਅਤੇ ਕਿ ਤੁਸੀਂ ਮੈਨੂੰ ਕੁਸ਼ਚਨ ਪੁੱਛੋ ਮੈਂ ਉਹਦਾ ਜਵਾਬ ਦਊਂਗਾ। ਅਤੇ ਅੱਜ ਉਹ ਟਾਈਮ ਆ ਗਿਆ ਸਾਰਿਆਂ ਦਾ ਜਵਾਬ ਦੇਣ ਲੱਗਾ, ਮੈਂ ਸਾਰਿਆਂ ਦਾ ਜਵਾਬ ਦੇਣ ਲੱਗਾ ਕੁਸ਼ਚਨ। ਤੁਸੀਂ ਬਹੁਤ ਜ਼ਿਆਦਾ ਪੁੱਛੇ ਮੇਰੇ ਤੋਂ, ਬਹੁਤ ਜ਼ਿਆਦਾ, ਤੋ ਕਈਆਂ ਨੇ ਇੱਕ ਕੁਸ਼ਚਨ ਵਾਰ ਵਾਰ ਪੁੱਛਿਆ, ਅਤੇ ਉਹਨਾਂ ਵਿੱਚੋਂ ਮੈਂ ਕੁਝ ਕੁ ਕੁਸ਼ਚਨ ਕੱਢੇ ਆ ਜਿਨ੍ਹਾਂ ਦਾ ਮੈਂ ਜਵਾਬ ਦੇਣਾ ਆ, ਜਿਹੜੇ ਮੈਨੂੰ ਮੇਨ ਲੱਗੇ ਆ ਕਿ ਮੈਨੂੰ ਜਵਾਬ ਦੇਣਾ ਬਣਦਾ ਆ। ਅਤੇ ਹੁਣ ਮੈਂ ਸਾਰੇ ਇਹਦੇ ਵਿੱਚ ਫੋਟੋ ਖਿੱਚ ਲਿਆ, ਕਾਪੀ 'ਤੇ ਉਤਾਰ ਕੇ ਮੈਂ ਸਾਰਿਆਂ ਦੀ ਫੋਟੋ ਖਿੱਚੀ ਹੋਈ ਆ। ਅਤੇ ਚਲੋ ਕਰਦਾ ਸ਼ੁਰੂ। ਸਭ ਤੋਂ ਪਹਿਲਾ ਸਵਾਲ ਆ, ਬ੍ਰਦਰ ਕਿੱਥੋਂ ਬਿਲੋਂਗ ਕਰਦੇ ਹੋ? ਹਾਂਜੀ, ਅਤੇ ਮੈਂ ਬਈ ਬਿਲੋਂਗ ਕਰਦਾ ਲੁਧਿਆਣੇ ਤੋਂ, ਅਤੇ ਲੁਧਿਆਣੇ ਤੋਂ ਬਿਲੋਂਗ ਕਰਦਾ। ਬਾਈ ਜੀ ਦਿੱਲੀ ਕਦ ਆਓਗੇ? ਦੂਜਾ ਸਵਾਲ, ਬਾਈ ਦਿੱਲੀ ਆਊਂਗਾ ਮੈਂ, ਵੈਸੇ ਕਦੀ ਗਿਆ ਨਹੀਂ, ਇੱਕ ਅੱਧੀ ਵਾਰ ਗਿਆ, ਉਹ ਵੀ ਬਾਹਰੋਂ ਬਾਹਰ ਹੋ ਕੇ ਆਇਆ, ਕਦੀ ਦਿੱਲੀ ਘੁੰਮਿਆ ਨਹੀਂ ਹੈਗਾ। ਅਤੇ ਬਹੁਤ ਮੈਸੇਜ ਕਰਦੇ ਆ ਮੈਨੂੰ ਦਿੱਲੀ ਵਾਲੇ, ਅਤੇ ਮੈਂ ਜ਼ਰੂਰ ਕਦੀ ਵੀ ਹੋਇਆ ਦਿੱਲੀ ਆਊਂਗਾ ਤਾਂ ਮੈਂ ਦਿੱਲੀ ਆ ਕੇ ਆਪਣੇ ਇੰਸਟਾਗ੍ਰਾਮ 'ਤੇ ਸਟੋਰੀ ਜ਼ਰੂਰ ਪਾਊਂਗਾ। ਸੋ ਜਿਹੜਾ ਮੇਰਾ ਭਰਾ ਮੈਨੂੰ ਮਿਲਣਾ ਚਾਹੁੰਦਾ ਹੋਇਆ ਤਾਂ ਜ਼ਰੂਰ ਆ ਕੇ ਮਿਲਿਓ। ਅਤੇ ਤੀਜਾ ਸਵਾਲ, ਫਸਟ ਵੀਡੀਓ ਇਨ ਇੰਸਟਾਗ੍ਰਾਮ, ਮੇਰੀ ਜਿਹੜੀ ਪਹਿਲੀ ਵੀਡੀਓ ਸੀ, ਮੈਂ ਇਹਦਾ ਵੀ ਦੱਸ ਦਿੰਦਾ ਇੱਕ, ਜਦੋਂ ਇੰਸਟਾਗ੍ਰਾਮ, ਜਦੋਂ ਟਿਕਟੋਕ ਬੰਦ ਹੋਇਆ ਸੀਗਾ ਤਾਂ ਇੰਸਟਾਗ੍ਰਾਮ ਅਸੀਂ ਬਹੁਤ ਜ਼ਿਆਦਾ ਘੱਟ ਚਲਾਉਂਦੇ ਸੀਗੇ। ਇੰਸਟਾਗ੍ਰਾਮ 'ਤੇ ਤਾਂ ਬਸ ਆਪਾਂ ਆਪਣੀ ਫੋਟੋ ਪਾਈ, ਕਦੀ ਅੱਜ ਤੱਕ ਵੀਡੀਓ ਨਹੀਂ ਉੱਤੇ ਪਾਈ, ਜਿਹੜੀ ਵੀਡੀਓ ਪਾਈਆਂ ਉਹ ਆਪਾਂ ਜ਼ਿਆਦਾ ਪੋਸਟ ਕੀਤੀਆਂ। ਅਤੇ ਇੰਸਟਾਗ੍ਰਾਮ 'ਤੇ ਜਿਹੜੀ ਵੀਡੀਓ ਸਭ ਤੋਂ ਪਹਿਲੀ ਸੀਗੀ, ਟਿਕਟੋਕ ਬੰਦ ਹੋਇਆ ਸੀ ਤਾਂ ਮੈਨੂੰ 3-4 ਮਹੀਨੇ ਰੀਲਸ ਦੀ ਆਪਸ਼ਨ ਨਹੀਂ ਆਈ ਸੀਗੀ, ਕਿ ਮੈਂ ਜਦੋਂ ਸਾਰਿਆਂ ਦੇ ਆਪਸ਼ਨ ਸੀਗੀ, ਮੇਰੇ ਰੀਲਸ ਦੀ ਆਪਸ਼ਨ ਨਹੀਂ ਆਈ ਸੀਗੀ। ਅਤੇ ਮੈਨੂੰ ਕਈਆਂ ਨੇ ਕਿਹਾ ਕਿ ਤੂੰ ਇੱਦਾਂ ਕਰ ਇੰਸਟਾਗ੍ਰਾਮ ਡਿਲੀਟ ਕਰ ਦੇ, ਅਤੇ ਤੂੰ ਦੁਬਾਰਾ ਭਰ ਲਾ ਜਾਂ ਅਪਡੇਟ ਕਰ ਲਾ, ਤੇਰੇ ਰੀਲਸ ਦੀ ਆਪਸ਼ਨ ਨਹੀਂ ਆਉਣੀ। ਤਾਂ ਮੈਨੂੰ ਵਿੱਚ ਇੱਦਾਂ ਲੱਗਿਆ ਕਿ ਯਾਰ ਮੇਰੇ 30-35 ਹਜ਼ਾਰ ਫੋਲੋਅਰ ਆ, ਕਿ ਸ਼ਾਇਦ ਮੈਂ ਡਿਲੀਟ ਵੀ ਨਹੀਂ ਕਰ ਸਕਦਾ, ਕਿ ਚਲੋ ਕੋਈ ਚੱਕਰ ਨਹੀਂ, ਮੈਂ ਪੋਸਟਾਂ ਪਾ ਸਕਦਾ, ਮੈਂ ਪੋਸਟ ਪਾਊਂਗਾ। ਅਤੇ ਫਿਰ ਜਿਸ ਦਿਨ ਮੇਰੇ ਰੀਲਸ ਆਈ ਸੀਗੀ, ਆਪਸ਼ਨ ਆਈ ਸੀ, ਤਾਂ ਮੇਰੀ ਸਭ ਤੋਂ ਪਹਿਲੀ ਵੀਡੀਓ ਸੀਗੀ ਜਬ ਹਮ ਆਏਂਗੇ ਗਰਮੀ ਔਰ ਬੜ ਜਾਏਗੀ, ਕੁਛ ਇੱਦਾਂ ਦਾ ਡਾਇਲੋਗ ਸੀਗਾ, ਉਹ ਮੈਂ ਵੀਡੀਓ ਬਣਾਈ ਸੀ। ਅਤੇ ਚੌਥਾ ਕੁਸ਼ਚਨ, ਅੰਕੁਸ਼ ਬ੍ਰਦਰ ਆਪ ਐਲਬਮ ਸੌਂਗ ਨਿਕਾਲੋ ਲਾਈਵ ਮੇ, ਯੂ ਲੁੱਕ ਲਾਈਕ ਪੰਜਾਬੀ ਸਿੰਗਰ। ਐਲਬਮ ਸੌਂਗ ਤਾਂ ਬਾਈ ਜ਼ਰੂਰ ਕੱਢਾਂਗੇ, ਅਤੇ ਇੱਕ ਮੇਰਾ ਗਾਣਾ ਪਹਿਲਾਂ ਵੀ ਆਇਆ ਸੀਗਾ ਮੋਹਾਲੀ ਲਾਈਵ, ਤੁਸੀਂ ਸਾਰਿਆਂ ਨੇ ਸੁਣਿਆ ਹੋਣਾ, ਜਿਨ੍ਹਾਂ ਨੇ ਨਹੀਂ ਸੁਣਿਆ ਉਹ ਜਾ ਕੇ ਮੋਹਾਲੀ ਲਾਈਵ ਨੂੰ ਸਰਚ ਮਾਰਿਓ। ਅਤੇ ਐਲਬਮ ਦਾ ਹਾਲੇ ਅਸੀਂ ਕੁਛ ਨਹੀਂ ਸੋਚਿਆ ਇੱਦਾਂ ਦਾ, ਅਤੇ ਸੋਚਾਂਗੇ ਅੱਗੇ ਜਾ ਕੇ ਜ਼ਰੂਰ। ਅਤੇ ਬਾਕੀ ਅਗਲਾ ਗਾਣਾ ਜਿਹੜਾ ਆ ਉਹ ਸ਼ਾਇਦ ਮੈਂ ਇਸੇ ਯੂਟਿਊਬ ਚੈਨਲ 'ਤੇ, ਆਪਣੇ ਜਿਹੜਾ ਮੇਨ ਮੇਰਾ ਅਫੀਸ਼ੀਅਲ ਯੂਟਿਊਬ ਚੈਨਲ ਆ, ਮੈਂ ਇਹਦੇ 'ਤੇ ਹੀ ਪਾਊਂਗਾ, ਅਤੇ ਤੁਸੀਂ ਸਾਰੇ ਇਹਦੇ ਨਾਲ ਜੁੜੇ ਰਹੀਓ। ਪੰਜਵਾਂ ਸਵਾਲ, ਬਾਈ ਤੁਹਾਡੇ ਪੇਰੈਂਟਸ ਦਾ ਕੀ ਰਿਐਕਸ਼ਨ ਸੀ ਜਦੋਂ ਤੁਸੀਂ ਫੇਮਸ ਹੋ ਗਏ ਬਟ ਲਵ ਯੂ ਫਰੋਮ ਲੁਧਿਆਣਾ? ਬਾਈ ਜਦੋਂ ਕਿਸੇ ਦਾ ਮੁੰਡਾ ਤਰੱਕੀ ਕਰਦਾ ਹੈ ਤਾਂ ਘਰ ਦੇ ਉਹਦੇ ਖੁਸ਼ ਹੀ ਹੁੰਦੇ ਆ, ਅਤੇ ਹਾਂ ਵਧੀਆ ਸੀ ਬਾਈ, ਮੇਰੇ ਘਰਦਿਆਂ ਨੇ ਕਿਹਾ ਸੀਗਾ ਕਿ ਲੱਗਾ ਰਹਿ ਹੁਣ। ਅਤੇ ਕੀ ਕਰਦੇ ਫਿਰ ਅੱਜ ਕੱਲ੍ਹ? ਛੇਵਾਂ ਸਵਾਲ ਆ ਬਾਈ, ਕੀ ਕਰਦੇ ਫਿਰ ਅੱਜ ਕੱਲ੍ਹ? ਅੱਜ ਕੱਲ੍ਹ ਵੀਰੇ ਪਹਿਲਾਂ ਵੀਡੀਓ ਬਣਾਉਂਦੇ ਸੀ, ਹੁਣ ਅੱਜ ਕੱਲ੍ਹ ਤੁਹਾਡੇ ਸਾਰਿਆਂ ਕਰਕੇ ਯੂਟਿਊਬ 'ਤੇ ਵਲੋਗ ਬਣਾਉਣ ਲੱਗ ਗਿਆ। ਅਤੇ ਪਿਆਰ ਦਿਆ ਕਰੋ, ਅਤੇ ਬਸ ਇਹੀ ਕਹਿੰਦਾ ਮੈਂ ਤਾਂ। ਸੱਤਵਾਂ ਸਵਾਲ, ਨੈਕਸਟ ਸੌਂਗ ਕਦੋਂ ਆ ਰਿਹਾ? ਅਤੇ ਜਿੱਦਾਂ ਮੈਂ ਹੁਣੇ ਪਿੱਛੇ ਦੱਸ ਕੇ ਹਟਿਆ ਕਿ ਨੈਕਸਟ ਸੌਂਗ ਅਸੀਂ ਬਹੁਤ ਜਲਦੀ, ਸ਼ਾਇਦ 10 ਦਿਨ ਤੱਕ ਮੈਂ ਵੀਡੀਓ ਜਿਹੜੀ ਆ ਉਹ ਮੈਂ ਆਪਣੇ ਯੂਟਿਊਬ ਚੈਨਲ 'ਤੇ ਹੀ ਪਾ ਦੇਣੀ ਆ। ਸੋ ਤੁਸੀਂ ਸਾਰੇ ਜਣੇ ਮੇਰੇ ਨਾਲ ਜੁੜੇ ਰਹੀਓ, ਕਿਉਂਕਿ ਗਾਣਾ ਬਹੁਤ ਵਧੀਆ ਆ, ਤੁਹਾਨੂੰ ਸਾਰਿਆਂ ਨੂੰ ਪਸੰਦ ਆਊਗਾ, ਜਿਵੇਂ ਪਹਿਲਾਂ ਵਾਲਾ ਆਇਆ ਸੀ ਉਹ ਤੋਂ ਵੀ ਵਧੀਆ ਚੀਜ਼ ਆ, ਇਹ ਵੀ ਤੁਹਾਨੂੰ ਪਸੰਦ ਆਊਗੀ। ਅੱਠਵਾਂ ਸਵਾਲ, ਵਿਆਹ ਦਾ ਕਿਆ ਪਲੈਨ ਆ ਫਿਰ? ਬਾਈ ਵਿਆਹ ਤਾਂ ਹਲੇ ਔਖਾ ਹੀ ਆ, ਅਤੇ ਕਿਉਂਕਿ ਹਲੇ ਮੈਂ ਪੈਰਾਂ 'ਤੇ ਖੜ੍ਹਨਾ ਚਾਹੁੰਦਾ ਹਾਂ, ਅਤੇ ਉਹ ਤੋਂ ਬਾਅਦ ਦੇਖਾਂਗੇ ਜੇ ਵਧੀਆ ਸੈਟਿੰਗ ਹੋ ਗਈ ਫਿਰ ਵਿਆਹ ਵੀ ਕਰਾ ਲਾਂਗੇ, ਜੇ ਸੈਟਿੰਗ ਨਹੀਂ ਹੋਈ ਫਿਰ ਬਾਈ ਕੁਆਰੇ ਛੱਡ ਚੱਲਾਂਗੇ, ਕੋਈ ਚੱਕਰ ਨਹੀਂ। ਨੌਵਾਂ ਸਵਾਲ, ਆਪਣੀ ਬਾਈਕ ਸੇਲ ਕਰ ਦਿਉ। ਉਹ ਨਾ ਭਰਾਵਾ, ਬਾਈਕ ਦੇ ਇੱਥੇ ਸਾਡੇ, ਮੈਂ ਸਪੈਸ਼ਲ ਲੁਧਿਆਣੇ ਤੋਂ,
ਚੰਡੀਗੜ੍ਹ ਲੈ ਕੇ ਆਇਆ ਬਾਈਕ, ਕਿਉਂਕਿ ਇੱਥੇ ਸਾਨੂੰ ਕੋਈ ਨਿੱਕਾ ਮੋਟਾ ਵੀ ਕੰਮ ਕਰਨਾ ਪੈਂਦਾ ਤਾਂ ਪਹਿਲਾਂ ਗੱਡੀ ਚੱਕਣੀ ਪੈਂਦੀ ਸੀਗੀ, ਅਤੇ ਗੱਡੀ ਕੱਢਣੀ ਆ ਚਲਾਉਣੀ ਬਹੁਤ ਹੀ ਔਖੀ ਲੱਗਦੀ ਆ ਮੈਨੂੰ ਡੇਲੀ ਡੇਲੀ। ਜੇ ਕਿਤੇ ਲੰਮੇ ਸਫ਼ਰ 'ਤੇ ਜਾਣਾ ਹੋਵੇ ਫਿਰ ਬੰਦਾ ਗੱਡੀ 'ਚ ਜਾਂਦਾ, ਦੁੱਧ ਲੈਣ ਵੀ ਜਾਣਾ ਹੋਵੇ ਸਾਨੂੰ ਗੱਡੀ 'ਚ ਜਾਣਾ ਪੈਂਦਾ। ਇਸ ਕਰਕੇ ਮੈਂ ਲੁਧਿਆਣੇ ਤੋਂ ਇੱਥੇ ਬਾਈਕ ਲੈ ਕੇ ਆਇਆ, ਤਾਂ ਉਹ ਮੈਂ ਸੋਰੀ ਬਾਈ ਨਹੀਂ ਸੇਲ ਕਰ ਸਕਦਾ। ਦਸਵਾਂ ਸਵਾਲ, ਤੁਹਾਡਾ ਕੋਈ ਭਰਾ ਹੈ? ਹਾਂਜੀ ਬਾਈ, ਮੇਰਾ ਵੱਡਾ ਭਰਾ ਹੈਗਾ ਆ, ਅਤੇ ਮੇਰੇ ਤੋਂ 3 ਸਾਲ ਵੱਡਾ ਆ, ਅਤੇ ਨਾਮ ਹੈ ਉਹਦਾ ਸ਼ੁਭਮ ਠਾਕੁਰ ਆ। ਅਤੇ 11ਵਾਂ, ਆਪਕੀ ਸ਼ਾਦੀ ਹੋ ਗਈ ਹੈ? ਨਹੀਂ ਨਹੀਂ ਬਾਈ, ਮੇਰੀ ਸ਼ਾਦੀ ਨਹੀਂ ਹੋਈ ਹਾਲੇ। ਮੇਰੀ ਸ਼ਕਲ ਤੋਂ ਤੁਹਾਨੂੰ ਲੱਗਦਾ ਮੇਰਾ ਵਿਆਹ ਹੋ ਗਿਆ, ਵੀਡੀਓ ਭਾਵਾਂ ਮੇਰੀਆਂ ਇੱਦਾਂ ਦੀਆਂ ਹੁੰਦੀਆਂ ਪਰ ਮੇਰਾ ਵਿਆਹ ਨਹੀਂ ਹੋਇਆ ਬਾਈ। 12ਵਾਂ ਸਵਾਲ ਹੈਗਾ, ਬਾਈ ਤੁਹਾਡਾ ਪਿੰਡ ਕਿਹੜਾ, ਕਿੱਥੇ ਜਨਮ ਲਿਆ ਸੀ ਜਾਂ ਸ਼ਹਿਰ? ਬਾਈ ਉੱਦਾਂ ਮੈਂ ਜਿੱਥੇ ਰਹਿੰਦਾ ਹਾਂ ਉਹ ਲੁਧਿਆਣੇ ਰਹਿੰਦਾ ਹਾਂ, ਅਤੇ ਜਿਹੜਾ ਮੇਰਾ ਜਨਮ ਸਥਾਨ ਸੀਗਾ ਉਹ ਮੇਰਾ ਨੰਗਲ ਸੀਗਾ, ਨੰਗਲ ਡੈਮ, ਅਤੇ ਉਹ ਤੋਂ ਬਾਅਦ ਮੈਂ ਲੁਧਿਆਣੇ ਆ ਗਿਆ, ਅਤੇ ਲੁਧਿਆਣੇ ਮੈਂ ਪੜ੍ਹਾਈ ਕੀਤੀ ਹੈ ਸਾਰੀ, ਅਤੇ ਲੁਧਿਆਣੇ ਤੋਂ ਬਾਅਦ ਮੈਂ ਮੋਹਾਲੀ ਹੋ ਗਏ ਮੈਨੂੰ 3 ਸਾਲ, ਅਤੇ ਮੈਂ ਮੋਹਾਲੀ 3 ਸਾਲ ਇੱਥੇ ਹੋ ਗਏ ਮੈਨੂੰ 3 ਸਾਲ ਘੁੰਮਦੇ ਫਿਰਦੇ ਨੂੰ, ਬਣੇ ਤਾਂ ਕੁਛ ਨਹੀਂ। 13ਵਾਂ ਸਵਾਲ, ਬਾਈ ਤੁਸੀਂ ਕਿੰਨੇ ਪੈਗ ਲਾ ਲੈਂਦੇ ਹੋ, ਸੱਚੀ ਦੱਸਣਾ? ਬਾਈ ਮੈਂ ਸੱਚੀ ਦੱਸਾਂ ਤਾਂ ਮੈਂ ਬਹੁਤ ਘੱਟ ਦਾਰੂ ਪੀਂਦਾ ਹਾਂ, ਅਤੇ ਜਿਹੜੀਆਂ ਮੇਰੀਆਂ ਸਟੋਰੀਆਂ ਜਾਂ ਮੇਰੀਆਂ ਵੀਡੀਓ ਹੁੰਦੀਆਂ ਜਾਂ ਮੇਰੀਆਂ ਫੋਟੋਆਂ ਹੁੰਦੀਆਂ ਦਾਰੂ ਨਾਲ ਜਾਂ ਵੀਡੀਓ ਹੁੰਦੀਆਂ, ਉਹਦੇ 'ਚ ਇੱਦਾਂ ਲੱਗਦਾ ਕਿ ਮੈਂ ਬਹੁਤ ਜ਼ਿਆਦਾ ਦਾਰੂ ਪੀਂਦਾ ਜਾਂ ਮੈਂ ਬਹੁਤ ਜ਼ਿਆਦਾ ਸਮੋਕ ਕਰਦਾ, ਇੱਦਾਂ ਦਾ ਕੁਛ ਨਹੀਂ ਹੈਗਾ। ਮੈਂ ਬਹੁਤ ਘੱਟ ਕਰਦਾ ਹਾਂ ਜੇ, ਹਾਂ ਮੈਂ ਦਾਰੂ ਇਹ ਨਹੀਂ ਕਹਿੰਦਾ ਮੈਂ ਦਾਰੂ ਨਹੀਂ ਪੀਂਦਾ, ਮੈਂ ਦਾਰੂ ਪੀਂਦਾ, ਅਤੇ ਜੇ ਕਦੀ ਪੈਣੀ ਹੋਵੇ 2 ਜਾਂ 3 ਪੈਗੇ ਤੋਂ ਵੱਧ ਮੈਂ ਦਾਰੂ ਨਹੀਂ ਪੀਂਦਾ ਬਾਈ। ਯੂਟਿਊਬ, 14ਵਾਂ ਸਵਾਲ ਆ ਬਾਈ, ਯੂਟਿਊਬ ਇੰਸਟਾ ਇਨਕਮ ਕਿੰਨੀ ਆ ਤੁਹਾਡੀ? ਯੂਟਿਊਬ ਇੰਸਟਾ ਇਨਕਮ ਬਾਈ ਇੰਨੀ ਕਿ ਆ ਕਿ ਮੇਰਾ ਖਰਚਾ ਪਾਣੀ ਆ ਜਿਹੜਾ ਉਹ ਹੋ ਹੀ ਜਾਂਦਾ ਆ, ਅਤੇ 3 ਸਾਲ ਹੋ ਗਿਆ ਮੈਨੂੰ ਕਿ ਮੈਂ ਇੱਥੇ ਚੰਡੀਗੜ੍ਹ ਰਹਿ ਰਿਹਾ, ਅਤੇ ਮੇਰਾ ਵਧੀਆ ਖਰਚਾ ਪਾਣੀ ਹੋ ਹੀ ਜਾਂਦਾ ਆ ਕਿ ਜਿੰਨੇ ਕਮਾਉਂਦੇ ਉੱਨੇ ਕੁ ਚਲੇ ਜਾਂਦੇ ਆ। 15ਵਾਂ ਸਵਾਲ, ਭਾਅ ਜੀ ਮੈਂ ਸੁਣਿਆ ਤੁਸੀਂ ਵਰਨਾ ਗੱਡੀ ਵੇਚ ਦੇਣੀ, ਕਿਉਂ? ਉਹ ਭਾਅ ਜੀ ਮੇਰੀਆਂ ਹਾਲੇ ਗੱਡੀਆਂ ਦੀਆਂ ਕਿਸ਼ਤਾਂ ਲਿੱਥੀਆਂ ਨਹੀਂ ਹੈਗੀਆਂ, ਸੋ ਮੈਂ ਕਿਉਂ ਵੇਚੂੰਗਾ ਬਾਈ? ਹਾਲੇ ਸਾਲ ਹੋਇਆ ਗੱਡੀ ਲੈ ਨੂੰ, 21 ਜੁਲਾਈ ਨੂੰ ਮੇਰੀ ਗੱਡੀ ਨੂੰ ਸਾਲ ਹੋ ਜਾਣਾ ਆ, ਅਤੇ ਸਾਲ ਮੈਂ ਕਿਸ਼ਤਾਂ ਦੇ ਚੁੱਕਾ, ਹਾਲੇ ਮੈਂ 4 ਸਾਲ ਕਿਸ਼ਤਾਂ ਹੋਰ ਦੇਣੀਆਂ ਬਾਈ, ਗੱਡੀ ਆਪਣੇ ਦਮ 'ਤੇ ਲਈ ਆ ਅਤੇ ਮੈਂ ਉਹ ਨਹੀਂ ਵੇਚਣੀ, ਸੋ ਭਾਵੇਂ ਮੈਂ ਹੋਰ ਵੀ ਗੱਡੀ ਲੈਣੀ ਹੋਊਗੀ ਪਰ ਮੈਂ ਉਹ ਗੱਡੀ ਨਹੀਂ ਵੇਚਣੀ। 16ਵਾਂ ਸਵਾਲ ਬਾਈ, ਸਰ ਬੰਟੀ ਦੇ ID ਨੂੰ ਕੀ ਹੋ ਗਿਆ ਸੀ? ਬੰਟੀ ਦੀ ID ਨੂੰ ਬਾਈ ਪਤਾ ਨਹੀਂ ਕੀ ਚੱਕਰ ਪਿਆ ਸੀਗਾ, ਜਾਂ ਕਿਸੇ ਆਪਣੇ ਬੰਦੇ ਨੇ ਉਹਦੇ ਨੇ ਹੈਕ ਹੋ ਕੇ ID ਕਰਵਾ ਦਿੱਤੀ ਸੀਗੀ, ਤਾਂ ਬਹੁਤ ਜ਼ੋਰ ਲਾਇਆ ਰਿਕਵਰੀ ਨੂੰ ਕਿ ID ਉਹਦੀ ਜਿਹੜੀ ਉਹ ਵਾਪਸ ਆ ਜਾਵੇ, ਪਰ ID ਵਾਪਸ ਨਹੀਂ ਆਈ, ਅਤੇ ਹੁਣ ਬੰਟੀ ਨੇ ਨਵਾਂ ਅਕਾਊਂਟ ਬਣਾਇਆ ਹੋਇਆ, ਸੋ ਤੁਸੀਂ ਸਾਰੇ ਜਾ ਕੇ ਬੰਟੀ ਦੀ ID ਬੰਟੀ ਨੂੰ ਫੋਲੋ ਜ਼ਰੂਰ ਕਰਿਓ। 17ਵਾਂ ਸਵਾਲ, ਇੱਕ ਮੰਥ ਦਾ ਖਰਚਾ ਕਿੰਨਾ ਹੈ? ਇੱਕ ਮੰਥ ਦਾ ਖਰਚਾ ਬਾਈ ਤੁਸੀਂ ਹੁਣ ਲਾ ਲਓ ਗੱਡੀ ਦੀ ਕਿਸ਼ਤ ਦੇਣੀ ਆ, ਅਤੇ ਆਪਣੇ ਖਰਚੇ ਆ, ਘੁੰਮਣਾ ਫਿਰਨਾ ਆ ਉਹਦੇ ਖਰਚੇ ਆ, ਕੱਪੜਿਆਂ ਦੇ ਖਰਚੇ ਆ, ਅਤੇ ਤੇਲ ਗੱਡੀ ਦੇ ਤੇਲ ਦਾ ਖਰਚਾ ਆ, ਬਹੁਤ ਖਰਚਾ ਆ, ਅਤੇ ਖਰਚਾ ਹੀ ਖਰਚਾ ਆ, ਸੋ ਕੀ ਕਰੀਏ ਹੁਣ, ਮੈਂ ਕੀ ਦੱਸਾਂ ਕਿੰਨਾ ਖਰਚਾ ਆ, ਬਹੁਤ ਖਰਚਾ ਬਾਈ, ਕਿਉਂਕਿ ਘਰੋਂ ਬਾਹਰ ਆਇਆ, ਬਾਹਰ ਆ ਕੇ ਤੁਹਾਨੂੰ ਪਤਾ ਖਰਚਾ ਹੁੰਦਾ ਹੀ ਹੁੰਦਾ ਆ, ਸੋ ਘਰੋਂ ਬਾਹਰ ਰਹਿਣਾ ਸੌਖੀ ਗੱਲ ਨਹੀਂ ਹੈਗੀ, ਬਹੁਤ ਔਖਾ ਆ ਬਾਈ। 18ਵਾਂ ਸਵਾਲ, ਬਾਈ ਮੈਂ ਫੇਮਸ ਹੋਣਾ ਚਾਹੁੰਦਾ ਕੀ ਕਰਾਂ? ਬਾਈ ਫੇਮਸ ਹੋਣਾ ਕੋਈ ਵੱਡੀ ਗੱਲ ਨਹੀਂ ਹੈਗੀ, ਤੁਹਾਡੇ 'ਚ ਇੱਕ ਟੈਲੈਂਟ ਹੋਣਾ ਚਾਹੀਦਾ, ਅਤੇ ਤੁਸੀਂ ਬਾਬਾ ਬਾਕੀ ਦਿਲ ਸਾਫ਼ ਹੋਣਾ ਚਾਹੀਦਾ, ਮਿਹਰ ਜ਼ਰੂਰ ਕਰੂਗਾ ਬਾਬਾ, ਫਲ ਜ਼ਰੂਰ ਮਿਲਦਾ, ਤੁਸੀਂ ਫੇਮਸ ਹੋ ਸਕਦੇ ਹੋ, ਕੋਈ ਅੱਜ ਦੇ ਟਾਈਮ 'ਚ ਵੱਡੀ ਗੱਲ ਨਹੀਂ ਹੈਗੀ ਫੇਮਸ ਹੋਣਾ, ਅਤੇ ਬਹੁਤ ਸੌਖੀ ਗੱਲ ਹੈ ਕਿਉਂਕਿ ਤੁਹਾਡੇ ਕੋਲ ਸੋਸ਼ਲ ਮੀਡੀਆ ਹੈਗਾ, ਤੁਹਾਡੇ ਹੱਥ 'ਚ ਫੋਨ ਹੈਗਾ, ਤੁਸੀਂ ਆਪਣਾ ਟੈਲੈਂਟ ਦਿਖਾ ਕੇ ਫੇਮਸ ਹੋ ਸਕਦੇ ਹੋ। 19ਵਾਂ ਸਵਾਲ, ਵੀਰ ਜੀ ਮੈਂ ਚਾਹੁੰਦੀ ਹਾਂ ਕਿ ਮੈਂ ਵੀ ਗਰੋ ਕਰਾਂ, ਫੈਮਿਲੀ ਸਪੋਰਟ ਵੀ ਆ ਬਟ ਪਬਲਿਕ ਸਪੋਰਟ ਨਹੀਂ ਆ, ਕਿੱਦਾਂ ਕਰਾਂ, ਪਲੀਜ਼ ਮੋਟੀਵੇਟ ਮੀ। ਤੁਹਾਨੂੰ ਫਿਰ ਵੀ ਫੈਮਿਲੀ ਸਪੋਰਟ ਹੈਗੀ ਆ, ਜਦੋਂ ਅਸੀਂ ਆਹ ਸ਼ੁਰੂ ਕੀਤਾ ਸੀਗਾ ਵੀਡੀਓ ਬਣਾਉਣੀ ਤਾਂ ਸਾਨੂੰ ਫੈਮਿਲੀ ਦੀ ਵੀ ਸਪੋਰਟ ਨਹੀਂ ਸੀਗੀ, ਤੋ ਜਦੋਂ ਵੀ ਮੈਂ ਵੀਡੀਓ ਬਣਾਉਣਾ ਜਾਂ ਮੈਂ ਕੁਛ ਕਰਦਾ, ਵਿਹਲਾ ਹੁੰਦਾ ਸੀ ਮੈਂ, ਮੇਰੇ ਘਰ ਦੇ ਮੈਨੂੰ ਗਾਲਾਂ ਕੱਢਦੇ ਹੁੰਦੇ ਸੀ ਕਿ ਤੂੰ ਕਿਹੜੇ ਕੰਮੀ ਕੰਜਰ ਕੰਮੀ ਪਿਆ, ਤੂੰ ਜਾ ਕੋਈ ਕੰਮ ਕੁੰਮ ਕਰ ਲਾ, ਕਿ ਮੈਨੂੰ ਜਮ੍ਹਾਂ ਸਪੋਰਟ ਨਹੀਂ ਸੀਗੀ। ਮੇਰੇ ਰਿਸ਼ਤੇਦਾਰ, ਮੇਰੇ ਸਾਰੇ ਜਿੰਨੇ ਵੀ ਰਿਸ਼ਤੇਦਾਰ ਆ ਮੈਨੂੰ ਗਾਲਾਂ ਕੱਢਦੇ ਸੀ ਜੋ ਵੀ ਮੈਂ ਕਰਦਾ ਸੀ, ਬਟ ਜਦੋਂ ਮੈਂ ਵੀਡੀਓ ਚੱਲਣ ਵੀ ਲੱਗ ਗਿਆ ਮੈਨੂੰ ਤਾਂ ਵੀ ਬਹੁਤ ਗਾਲਾਂ ਕੱਢਦੇ ਸੀਗੇ, ਪਰ ਜਦੋਂ ਮੈਨੂੰ ਪਹਿਲੀ ਵਾਰ ਪੈਸੇ ਮਿਲੇ ਜਾਂ ਪੁੱਛਿਆ, ਫਿਰ ਮੇਰੇ ਘਰਦਿਆਂ ਨੂੰ ਲੱਗਿਆ ਕਿ ਹਾਂ ਠੀਕ ਆ, ਕਿ ਜੋ ਕਰਦਾ ਸਹੀ ਆ, ਕਿ ਅੱਗੇ ਜਾ ਕੇ ਕੁਛ ਕਰੂਗਾ, ਸੋ ਇਹੀ ਕਹਿਣਾ ਚਾਹੁੰਦਾ ਕਿ ਤੁਸੀਂ ਹਿੰਮਤ ਨਾ ਹਾਰੋ, ਹਿੰਮਤ ਨਾ ਛੱਡੋ, ਅਤੇ ਤੁਸੀਂ ਆਪਣਾ ਕੰਮ ਵੱਲ ਧਿਆਨ ਦੇ ਚਲੋ, ਜਿੱਧਰ ਵੀ ਤੁਸੀਂ ਫੇਮਸ ਹੋਣਾ, ਜੋ ਵੀ ਤੁਸੀਂ ਕਰਨਾ ਚਾਹੁੰਦੇ ਹੋ ਲਾਈਫ ਦੇ ਵਿੱਚ ਜ਼ਰੂਰ ਮਿਲੂਗਾ ਤੁਹਾਨੂੰ।
ਬੀਮਾ ਸਵਾਲ ਭਾਈ, ਰੀਲਸ ਬਣਾਉਣੀ ਕਦੋਂ ਸਟਾਰਟ ਕੀਤੀ? ਪਹਿਲੀ ਵੀਡੀਓ ਕਿਹੜੇ ਫੋਨ ਵਿੱਚ ਬਣਾਈ ਸੀ? ਬਈ ਰੀਲ ਬਣਾਉਣੀ, ਆਹ ਰੀਲ ਰੀਲਾਂ ਤਾਂ ਹੀ ਹੁਣ ਬਣਾਉਣ ਲੱਗੇ ਹਾਂ। ਆਹ ਜਦੋਂ ਟਿਕਟੋਕ ਬੰਦ ਹੋਈ ਆ, ਸਭ ਤੋਂ ਪਹਿਲੀ ਵੀਡੀਓ ਮੈਂ ਉੱਥੇ ਬਣਾਈ ਸੀਗੀ। ਉਦੋਂ ਡੰਬ ਮੈਸ਼ ਚੱਲਦੇ ਹੁੰਦੇ ਸੀ, ਡੰਬ ਮੈਸ਼ ਚੱਲਦਾ ਸੀ, ਮਿਊਜ਼ਿਕਲੀ ਚੱਲਦਾ ਸੀ। ਸੋ ਉਹ ਵੀਡੀਓ ਮੈਂ ਬਣਾ ਕੇ ਆਪਣੇ ਫੋਨ 'ਚ ਸੇਵ ਕਰ ਲੈਂਦਾ ਸੀ, ਪਰ ਇੱਦਾਂ ਉਦੋਂ ਦਾ ਫੋਨ ਵੀ ਬਹੁਤ ਬੇਕਾਰ ਬੇਕਾਰ ਜਿਹੇ ਹੁੰਦੇ ਸੀ। ਉਦੋਂ ਸੈਲਫੀ ਨਾਲ ਹੀ ਵੀਡੀਓ ਵੀਡੀਓ ਬਣਾ ਲੈਂਦੇ ਸੀਗੇ ਅਸੀਂ, ਉਦੋਂ ਇੰਨਾ ਸਾਨੂੰ ਨੌਲੇਜ ਨਹੀਂ ਸੀਗੀ। ਅਤੇ ਜਿਹੜੀ ਜਦੋਂ ਮੈਂ ਮਤਲਬ ਕਿ ਮੇਰੀਆਂ ਵੀਡੀਓ ਵਾਇਰਲ ਹੋਈਆਂ ਤਾਂ ਉਹ ਮੇਰੇ ਕੋਲ MI ਦਾ ਫੋਨ ਹੁੰਦਾ ਸੀ, Y2। ਸੋ ਮੈਂ ਉਹਦੇ 'ਚ ਵੀਡੀਓ ਬਣਾਉਣੀਆਂ ਸ਼ੁਰੂ ਕੀਤੀਆਂ। 21ਵਾਂ ਸਵਾਲ ਆ ਬਈ, 10th ਐਂਡ 12th 'ਚ ਕਿੰਨੇ % ਨੰਬਰ ਬਣੇ ਸੀ ਅਤੇ 10ਵੀਂ 12ਵੀਂ 'ਚ ਕਿੰਨੇ % ਨੰਬਰ ਸੀ? ਬਈ ਇਹ ਤਾਂ ਹੁਣ ਮੈਨੂੰ ਵੀ ਨਹੀਂ ਯਾਦ, ਪਰ ਇੰਨਾ ਪਤਾ ਹੈ ਕਿ 10ਵੀਂ ਦੇ ਵਿੱਚ ਮੇਰੇ 65% ਹੋਣੇ ਆ ਅਤੇ 12ਵੀਂ ਦੇ ਵਿੱਚ ਵੀ ਮੇਰੇ 65-66% ਨੰਬਰ ਸੀਗੇ, ਇਹ ਤੋਂ ਵੱਧ ਨੰਬਰ ਨਹੀਂ ਆਏ। ਅਤੇ ਵੀਰ ਬਾਈ, ਮੈਂ ਸਵਾਲ ਆ ਲਾਸਟ ਸਵਾਲ ਆ, ਮੈਂ ਉਹੀ ਸਵਾਲ ਕੱਢੇ ਸੀ ਜਿਹੜੇ ਜ਼ਰੂਰੀ ਸੀ ਦੱਸਣੇ। ਵੀਰ ਤੈਨੂੰ ਕਿੰਨਾ ਟਾਈਮ ਹੋ ਗਿਆ ਵੀਡੀਓ ਬਣਾਉਂਦੇ ਨੂੰ? ਮੈਨੂੰ ਬਾਈ ਹੋ ਗਿਆ 3 ਸਾਲ ਹੋ ਗਿਆ ਵੀਡੀਓ ਬਣਾਉਂਦੇ ਨੂੰ, ਅਤੇ ਹੁਣ ਮੈਂ ਵਲੋਗ ਵੀ ਬਣਾਉਣ ਲੱਗਾ ਤੁਹਾਡੇ ਕਰਕੇ। ਅਤੇ ਤੁਸੀਂ ਸਾਰੇ ਜਾ ਕੇ ਚੈਨਲ ਨੂੰ ਲਾਈਕ ਕਰਿਓ, ਸਬਸਕ੍ਰਾਈਬ ਵੀ ਕਰਿਓ, ਅਤੇ ਕਿਉਂਕਿ ਮੇਰਾ ਯੂਟਿਊਬ ਵੀ ਵਧੀਆ ਚੱਲੇ ਤੁਹਾਡੇ ਕਰਕੇ, ਤੁਹਾਨੂੰ ਨਵੀਆਂ ਨਵੀਆਂ ਮੈਂ ਚੀਜ਼ਾਂ ਦਿਖਾਵਾਂ ਅਤੇ ਤੁਹਾਡੇ ਨਾਲ ਗੱਲਾਂ ਬਾਤਾਂ ਮੈਂ ਇੱਦਾਂ ਹੀ ਕਰਦਾ ਰਹਾਂ। ਅਤੇ ਬਾਕੀ ਵੀਡੀਓ ਜੇ ਵਧੀਆ ਲੱਗੀ ਲਾਈਕ ਕਮੈਂਟ ਸਬਸਕ੍ਰਾਈਬ ਚੈਨਲ ਨੂੰ ਜ਼ਰੂਰ ਕਰਿਓ, ਅਤੇ ਅੱਗੇ ਵੀ ਹੋਰ ਵੀਡੀਓ ਲੈ ਕੇ ਆਉਂਦੇ ਰਹੇ। ਅਤੇ ਨਾਲੇ ਗਾਣਾ ਇਸੇ ਚੈਨਲ ਤੋਂ ਆਊਗਾ 10 ਹਫ਼ਤੇ ਤੱਕ, ਸੋ ਜ਼ਰੂਰ ਚੈਨਲ ਨੂੰ ਸਬਸਕ੍ਰਾਈਬ ਕਰਿਓ। ਥੈਂਕ ਯੂ ਸੋ ਮੱਚ।